Acıda. ਇਹ ਪਵਿੱਤਰ ਦਿਨ ਉਹ ਮਾਰਚ ਦਾ ਮਹੀਨਾ ਜਿਸ ਵੇਲੇ ਸੰਗਤਾਂ ਆਪਣੇ ਨਾਮ ਦਾਤਾ ਇਸ ਸੰਸਾਰ ਵਿੱਚ ਵਿਚਰਦਿਆਂ ਕਿਧਰੇ ਵੀ ਚੱਲੀਆਂ ਜਾਵਣ ਪਰ ਮਨ ਦੇ ਉਸ ਕੋਨੇ ਵਿੱਚ ਇੱਕ ਕਸਕ ਹੁੰਦੀ ਹੈ ਇੱਕ ਹੀ ਮਾਰਚ ਆ ਰਹੀ ਹੈ ਉਹ ਪਵਿੱਤਰ ਦਿਨ ਨਾਮਦਾਤਾ ਛੇਵੇਂ ਪਾਤਸ਼ਾਹ ਉਹ ਉਹਨਾਂ ਦੀ ਮਿੱਠੀ ਯਾਦ ਲੇਕਿਨ ਉਸਨੂੰ ਕਿਸ ਤਰ੍ਹਾਂ ਮਨਾਉਣਾ ਹੈ ਇਹ ਕਿਸਨੇ ਸਿਖਾਇਆ ਕਿਸਨੇ ਰਾਹ ਪਾਇਆ ਉਹ ਕੌਣ ਸੀ ਉਹ ਪਿਆਰੀ ਮਾਂ ਜਿਸ 'ਤੇ ਐਸੋ ਜੀ ਨਹੀਂ ਸੀ ਕਿ ਅੱਜ ਵਿਛੋੜਾ ਹੋਣ ਵਾਲਾ ਹੈ ਸਭ ਪਾਠਾਂ ਦੀਆਂ ਤਿਆਰੀਆਂ ਕਰ ਰਹੇ ਹਨ ਕੋਈ ਸਹਿਜ ਪਾਠ ਕਰ ਰਿਹਾ ਹੈ ਕੋਈ ਦੁਕਾਨ 'ਤੇ ਬੈਠ ਕੇ ਵੀ ਗੁਰੂ ਉਪਦੇਸ਼ ਕਹਿਣ ਤੋਂ ਪਾਓ ਕਿਸੇ ਤਰੀਕੇ ਵੀ ਆਪਣੇ ਸਤਿਗੁਰਾਂ ਦੇ ਵੈਰਾਗ ਵਿੱਚ ਲੇਕਿਨ ਮਾਂ ਜੀ ਨੇ ਉਹ 14 ਸਾਲ ਸਾਨੂੰ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਉੱਠਣ ਦੀ ਛਾਂ ਦਿੰਦਿਆਂ ਹੋਇਆਂ ਅਤੇ ਸੰਗਤ ਕੋਲ ਕਿਸ ਤਰ੍ਹਾਂ ਵਿਦਾਇਗੀ ਲਈ ਉਹ ਵੀ ਇੱਕ ਰਾਹ ਦੱਸ ਕੇ ਗਏ ਭਾਈ ਮੌਤ ਹੋਏਗੀ ਦੁਨੀਆ ਵਾਸਤੇ ਅਸੀਂ ਤਾਂ ਸਤਿਗੁਰਾਂ ਨਾਲ ਇੱਕ ਮਿਕ ਹੋਣਾ ਹੈ ਦੂਜੀ ਗੱਲ ਹੀ ਨਹੀਂ ਅਤੇ ਅੱਜ ਸਵੇਰ ਤੋਂ ਫਿਰ ਦੁਬਾਰਾ ਦੁਹਰਾ ਰਹੇ ਹਾਂ ਅਤੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅਰਜਨ ਜਿਹੜਾ ਮਰਜ਼ੀ ਅਸੀਂ ਜੋਤ ਨੂੰ ਦੇਖੀਏ ਉਹ ਸਾਖੀਆਂ ਹਨ ਕਿਤਨੀਆਂ ਖਾਲੀ ਜਪਜੀ ਸਾਹਿਬ ਜੀ ਨਾਲ ਅਤੇ ਇਹ ਜਪਜੀ ਸਾਹਿਬ ਇਹ ਮਾਂ ਜੀ ਨੇ ਪੜ੍ਹਦੇ ਪੜ੍ਹਦੇ ਅਤੇ ਹੋਰ ਹੀ ਰੰਗ ਬਣਾ ਦਿੱਤਾ ਛੁੱਟੀਆਂ ਕੇਤੀ ਛੁੱਟੀ ਨਾ ਉਹ ਲਫਜ਼ ਨਹੀਂ ਉਹ ਜਿਹੜਾ ਸੀਨ ਸੀ ਆਮ ਬੰਦਾ ਹੈ ਕੋਈ ਸੱਜੇ ਹੋਵੇ ਕੋਈ ਖੱਬੇ ਹੋਵੇ ਕੋਈ ਕਵੇ ਮੈਨੂੰ ਕੋਈ ਤਕਲੀਫ ਹੈ ਜਾਂ ਇੱਥੇ ਹੋਵੇ ਨਹੀਂ ਆਪਣੇ ਸਤਿਗੁਰਾਂ ਨਾਲ ਦੋ ਹੱਥ 'ਚ ਗੁਟਕਾ ਹੈ ਇਜਾਜ਼ਤ ਲੈਂਦਿਆਂ ਹੋਇਆਂ ਅਤੇ ਸੰਗਤਾਂ ਨੂੰ ਇਸ਼ਾਰੇ ਨਾਲ ਸਵੇਰੇ ਦੱਸ ਦਿੱਤਾ ਕਿ ਪਾ ਲਿਆ ਸੀ ਉਹਨੀ ਨੇ ਪਰ ਪਾਇਆ ਕਿੱਥੋਂ ਹੈ ਉਹ ਰਸਤਾ ਕਿਹੜਾ ਹੈ ਪੂਰਿਆਂ ਗੁਰਾਂ ਤੋਂ ਰੱਬ ਪਾ ਲਿਆ ਇਹਦਾ ਕੀ ਮਤਲਬ ਹੈ ਕਿ ਸਾਨੂੰ ਭਟਕਣ ਤੋਂ ਬਚਾਇਆ ਸਾਨੂੰ ਵਿਧੀ ਦੱਸੀ ਸਾਨੂੰ ਰਸਤਾ ਦੱਸਿਆ ਅਤੇ ਅੱਜ ਉਹ ਪਵਿੱਤਰ ਦਿਨ ਹੈ ਇਹ ਨਹੀਂ ਕਿ ਅਸੀਂ ਮਾਂ ਜੀ ਦੀ ਕੋਈ ਕਹਿੰਦਾ 4 ਸਾਲ ਹੋ ਗਏ ਉਹ ਆਪ ਜੀ ਦੀ ਮਿੱਠੀ ਯਾਦ ਪਰ ਅਸੀਂ ਸਭ ਇਕੱਤਰ ਕਿਸ ਵਾਸਤੇ ਹੋਇਆਂ ਆਪਣੀ ਮਾਂ ਜੀ ਦੀਆਂ ਅਸੀਸਾਂ ਲੈਣ ਵਾਸਤੇ ਉਹ ਜੋ ਉਹਨਾਂ ਨੇ ਸਤਿਗੁਰਾਂ ਤੋਂ ਲੈ ਕੇ ਇਹ ਦੁਵੱਲੀ ਸਾਂਝ
ਕਿੱਥੋਂ ਸ਼ੁਰੂ ਹੋਈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ। ਸਭ ਦੇ ਮਹਿਲ, ਕਿਤਨੀਆਂ ਸਾਖੀਆਂ, ਪਰ ਇਹ ਜੋ ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਦੀ ਜੋਤ, ਉਹ ਉਹਨਾਂ ਦੇ ਸਾਥੀ, ਉਹ ਉਹਨਾਂ ਦੇ ਕਿ ਜਿਸ ਨੂੰ ਅਸੀਂ ਅੱਜ ਸਾਹਿਬ ਦਾ ਖਿਤਾਬ ਦੇ ਰਹੇ ਹਾਂ, ਕਹਿ ਕਹਿ ਕੇ ਥੱਕਦੇ ਨਹੀਂ ਹਾਂ, ਸਾਹਿਬ, ਸੰਤ, ਮਾਤਾ ਜੀ। ਉਹ ਕਾਰਨ ਕੀ ਹੈ? ਉਹ ਕਾਰਨ ਹੈ ਸਤਿਗੁਰ ਭਗਵਾਨ ਦਾ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ। ਦੇਖੋ, ਅਸੀਂ ਅਸੀਸਾਂ ਲੈ ਰਹੇ ਹਾਂ ਸਤਿਗੁਰ ਭਗਵਾਨ ਦਾ ਸੱਚੇ ਪਾਤਸ਼ਾਹ ਜੀ ਤੋਂ। ਆਪ ਜੀ ਨੇ ਅਸੀਸ ਪ੍ਰਾਪਤ ਕੀਤੀ, ਆਪੇ ਗੱਲ ਨਹੀਂ ਬਣੀ। ਆਪ ਜੀ ਤਾਂ ਇੱਕ ਦੁਨਿਆਵੀ ਟੀਚਰ ਦਿੱਲੀ ਵਿੱਚ, ਲੇਕਿਨ ਉਹ ਮਾਂ, ਪਰਮੇਸ਼ਵਰੀ ਮਾਂ, ਜਿਨ੍ਹਾਂ ਨੂੰ ਯਾਦ ਸੀ ਕਿ ਉਹ ਜਿਹੜਾ ਜਿਸ ਵੇਲੇ ਆਪ ਜਨਮ ਆਪਦਾ ਰਾਵਲ ਪਿੰਡੀ ਦਾ, ਅਤੇ ਆਪ ਪੰਜਾਬ ਸਾਹਿਬ ਜਾਂਦੇ ਸਨ, ਪੰਜਾਬ ਸਾਹਿਬ ਜਾਂਦੇ ਸਨ, ਦੁਨੀਆ ਜਾਂਦੀ ਹੈ ਪਰਿਵਾਰ ਨਾਲ ਜਾਂਦੀ ਹੈ, ਅਤੇ ਜਿੱਥੇ ਉਹ ਪਵਿੱਤਰ ਸਥਾਨ ਹੋਵੇ, ਕਈ ਵਾਰੀ ਬੰਦਾ ਜਾਂਦਾ ਹੈ। ਅੱਜ ਆਪ ਜੀ ਕਿਸ ਨਾਲ ਗਏ ਹੋ? ਉਹ ਮਾਂ ਤੇ ਨਾਲ ਹੈ, ਪਰ ਸਹੇਲੀਆਂ ਵੀ ਨਾਲ ਹਨ। ਸਹੇਲੀਆਂ ਜਦ ਨਾਲ ਹਨ, ਪਾਂਤ ਪਾਂਤ ਦੀ ਦੁਨੀਆ ਹੈ, ਉੱਥੇ ਇੱਕ ਜੋਛੀ ਹੈ, ਇੱਕ ਚੋਜ ਹੈ, ਇੱਕ ਹੈ ਪਛਾਣ ਹੈ। ਸਹੇਲੀਆਂ ਨੇ ਹੱਥ ਦਿਖਵਾਇਆ ਤੇ ਦੂਜੀ ਸਹੇਲੀ ਨੂੰ ਕਹਿੰਦੇ ਹਨ, ਕਿਉਂ ਅਸੀਂ ਸਾਰਿਆਂ ਨੇ ਦਿਖਾਇਆ, ਕਿਉਂ ਗੁਲਬੀਰ ਤੂੰ ਵੀ ਦਿਖਾ। ਜੇ ਨਹੀਂ ਪਿੱਛੇ ਹਨ, ਇੱਕ ਨੇ ਹੱਥ ਪਕੜ ਕੇ ਅੱਗੇ ਕਰ ਦਿੱਤਾ। ਉਹ ਹੱਥ ਜਦੋਂ ਅੱਗੇ ਗਿਆ, ਜੋਛੀ ਵੀ ਹੈਰਾਨ ਹੈ। ਬਾਕੀ ਕੁੜੀਆਂ ਦਾ ਤਾਂ ਆਪ ਜੀ ਨੇ ਫਟੋਫਟ ਦੱਸ ਦਿੱਤਾ, ਪਰ ਉਹਨੂੰ ਇਹ ਨਹੀਂ ਸਮਝ ਆਈ ਬਈ ਇਹ ਰੇਖਾ ਕੀ ਹੈ। ਪਰ ਇਤਨਾ ਚਾਨਣ ਹੋ ਗਿਆ ਤੇ ਸਹਿਜ ਸੁਭਾਏ ਕਹਿ ਦਿਆ ਕਿ ਭਾਈ, ਜਿਸ ਘਰ ਵਿੱਚ ਇਹ ਬੱਚੀ ਜਾਏਗੀ ਨਾ, ਉੱਥੇ ਇਹ ਰਾਜ ਕਰੇਗੀ। ਦੁਨੀਆ ਉਹਨਾਂ ਨੂੰ ਪੂਜਣਗੇ ਜਿਸ ਘਰ ਵਿੱਚ ਇਹ ਜਾਏਗੀ, ਪਰ ਉਹਨਾਂ ਦੇ ਪਿੱਛੇ ਇਹਨਾਂ ਦੀ ਵੀ ਪੂਜਾ ਹੋਏਗੀ। ਕਿੱਥੇ? ਰਾਵਲ ਪਿੰਡੀ, ਸ੍ਰੀ ਪੰਜਾਬ ਸਾਹਿਬ। ਅਤੇ ਦੂਜੀ ਨਿਸ਼ਾਨੀ ਉਹ ਵੀ ਜਿਹੜੀ ਅਸੀਂ ਯਾਦ ਕਰਦੇ ਹਾਂ, ਉਹ ਟੀਚਰ ਗੁਰਬੀਰ ਕੌਰ ਸਕੂਲੋਂ ਆਈ ਅਤੇ ਸਾਧੂ ਆਇਆ। ਉਸ ਵਕਤ ਸਾਧੂਆਂ ਦੀ ਕਦਰ ਸੀ, ਬਹੁਤ ਇੱਜ਼ਤ ਕਰਦੇ ਸਨ। ਅਤੇ ਸਾਡੇ ਨਾਨੀ ਜੀ, ਬੇਜੀ ਨੇ, ਧੰਨ ਉਹ ਮਾਤਾ ਹੈ, ਸਾਰੇ ਆਖੋ ਧੰਨ ਮਾਤਾ ਪਰਮੇਸ਼ਵਰੀ, ਸਾਨੂੰ ਐਸੀ ਮਾਂ ਦਿੱਤੀ ਨਾ। ਉਹ ਕੈਸੀ ਮਾਂ ਸੀ? ਉਹ ਐਸੀ ਮਾਂ, ਉਹ ਤੇਰੀ ਨਹੀਂ, ਉਹ ਇਹੋ ਜਿਹੀ ਨਹੀਂ ਦੇਖੀ ਕਿ ਇਹੋ ਜਿਹੀ ਕਿਸੇ ਦੀ ਮਾਂ ਦੇਖੀ ਹੈ। ਮਾਂ ਸਹੇਲੀਆਂ ਦੀ ਸਹੇਲੀ, ਭੈਣਾਂ ਦੀ ਭੈਣ, ਧੀਆਂ ਦੀ ਮਾਂ, ਅਤੇ ਇਹਨਾਂ ਸੰਗਤਾਂ ਦੀ ਛਾਂ, ਆਖੋ ਧੰਨ ਧੰਨ ਸਾਹਿਬ ਸੰਤ ਮਾਤਾ ਗੁਲਬੀਰ ਕੌਰ ਜੀ, ਇਹਨਾਂ ਸੰਗਤਾਂ ਦੀ ਛਾਂ। ਉਸ ਜੋਤੀ ਨੂੰ ਕੀ ਪਤਾ ਹੈ, ਅਤੇ ਦੂਜਾ ਉਸ ਸਾਧੂ ਨੂੰ ਕੀ ਪਤਾ ਹੈ? ਆਮ ਦੁਨੀਆ ਵਾਂਗਣ ਜੇ ਆਪ ਜੀ ਅੰਗੇ ਅੰਦਰ ਲੰਘੇ, ਸਕੂਲੋਂ ਥੱਕੇ ਆਏ, ਬਹੁਤ ਗਰਮੀ ਸੀ, ਅਤੇ ਬੇਜੀ ਨੇ ਕਿਹਾ ਸਾਧੂ ਨੂੰ, ਆਓ ਜੀ,
आओ अंदर आओ लंगर छको। कहिंदे नहीं सन जल्दी है, तुसीं सानू सुक्की रस पा दिओ। सुक्की रस आटा पाया, होर जो पाना। तो बेजी ने आवाज मार दित्ती, गुलवीर अंदरों भांडे चो एक थाल विच आटा ले। आटा आ गया, जिस वेले आटा उस साधु नूं दित्ता, आप जी ते जल्दी च वापस चले गए अंदर। ते हुण ओह पुछ रहा है, एक गल दसो माँ जी, यह जो कुड़ी आई सी ना, यह जो बच्ची आई सी, यह कौन है, यह कौन है? कहंदे जी मेरी लड़की, मेरी लड़की है। ते कहंदे नहीं, जो मैं दर्शन किते हन, जो मैं पढ़िया है, जो मैनू सोजी उसने दिती है, समय ते मैं नहीं दस सकदा, पर ए आन वाले समय ते ऐसी वो आके की होएगी, इदे सिर ते छतर चुड़नगे ते तुसी अपनियां अखां नाल वेखोगे। वो समा बराबर होया, लेकिन वो बचन की है, उदे पिछे कारण की है, वो असीस है। असीस किदी है? सतगुर भगवान दा सचे पातशाह जी दी। जे संगतां दी ते बेनती सी, सचे पातशाह आप जी दी टंग विच दर्द रहिंदा है, आप जी फिर भी साढ़े वास्ते कष्ट सहंदे होए मनेरी गए सन ना बीबी दयाल कौर दे विआह ते। आप जी सानू दर्शन देंदे हो, साढ़े काज सवारदे हो, ते उसी वेले इशारा हो गया कि जदों दी वो किस वास्ते होया सी। तन माता सरूप कौर जी, जदों दी है बीबी सरूप कौर साढ़े ग्रह विखे आई है, सतगुरां ने साड़ी चिंता दूर कर दिती है। आन वाले समय ते साहिबजादा सेवा राम ते बीबी सरूप कौर रल के सेवा करनगे। ए असीस किदी होई? ए असीस सतगुर भगवान दा सचे पातशाह जी दी होई। असीस उत्थों चली। हुण घर विच नूं आवे, चंगे गुणा वाली आवे, गुरसिख परिवार दी होवे, पर की होया? उत्थे रली असीस, उत्थे रलिया आशीर्वाद किसदा? उस वेले समय दे मालक सतगुर भगवान दास जी दा। ते फिर देश दी वंड आप जी दा। उस रूप विच मां सरूप कौर जी दी विदायगी, जिस तरह अज दा दिन आया है, वो 27 मई 1950, ते संगतां नूं ऐ उस वेले जे कहंदे सन की होया, ते कहंदे कि माँ जी फर्शां तों अरशां ते चले गए हन। संगत जो सत्कार करदी सी कि माँ जी फर्शां तों अरशां ते गए हन, ते संगत ने ही पुकार कीती, सचे पातशाह कृपा करो माँ राम कौर नूं मिन्ता करन कि साढ़े उस बीबी सरूप कौर दा जो सरूप है ओ अरशां तों फर्शां ते लै आ। ओ अरशां तों फर्शां वे ओ जो आए, ओ साहिब संत माता गुलबीर कौर जी, ओ बीबी जिसका मत्था साधु ने भी पढ़िया, ज्योतिषी ने भी पढ़िया, ते ऐ किया कि समा नहीं अज दस सकदे, पर ऐसा समा आएगा। ते किथे आए? ओ तन साढ़े उच्चे भाग
जो असी उस प्यारी मां उदी छां विच सारे एकत्र होके ते फिर एक एक ने ओ कीती जो जिस दे दिल विच है ओ खियां सुखलियां पर उदे पिछे की है ओ असीस सतगुर भगवान दा सचे पातशाह जी दी है ओ कृपा किस दी है ओ बख्शिश किस दी है ओ सतगुरां दी है ओ कृपा ओ बचन अमृत बचन साध की बाणी ते ओ ते फिर सच होना ही सी ना ओ उन्होंने उस तरह कीता ओ ते जो उन्होंने कीता पर सतगुर सेवा राम सच्चे पातशाह छेवें पातशाह जी ने आप उन्होंने सब ने देखिया सब ने कि आप उन्होंने अपने अगे रखिया हर गल विच उदा की कारण क्योंकि सतगुर भगवान दास जी का वचन है सतगुर भगवान दास जी की असीस है ते अज फिर इस दवली सांझ नूं ओ असीस जो सतगुर भगवान दास सच्चे पातशाह जी ने उत्थे कीती ते फिर उस बख्शीश जिहड़ी उस असीस नूं ओ किस किस ते प्राप्त नहीं कीता ते ओ करे की ओ दरगाह दी वाली इस पंथ दी रखवाली उन्हें कीता कि साहिबान उते आया उन्हें और की कीता कोई दुनियावी गल करके रिझाया है साहिबान उते आया ते पूरन गुरु पाया सारियां निशानियां असी अखां नाल देखियां हन अज दा दिन पता की है वो पवित्र दिन बन गया है फिक्स सारी जिंदगी वास्ते अज है वुमेंस डे 8 मार्च वो वुमेंस डे बन गया है वो असी याद करांगे वो दुनिया किस तरह करेगी पर है पवित्र दिन 8 मार्च साढ़े वास्ते जो वुमन होएगा कोई पर साढ़े सिर ते साहेब संत माता जी दी असीस आज भी है ते हमेशा बनी रहेगी पर माँ जी वो बख्शिश क्योंकि सन भी पता है जिसने जिस जिसने अपनी झोली विचों समां पवाया ते आओ असी यह जो 8 तो लैके 21 तक का सफर बाकी है यह कोई मजाक नहीं है यह बड़े अनमोल दिन है आज 21 विच भी ओ असीस है ते आज 8 विच असीस है ते 21 तक जिस तरह माँ जी ने समझाया सब ने स्पष्ट देखिया श्री दुखभाइनी साहब विच पाठ करो इको माँ जी जिस तरह आप जी हुक्म करो ते की हुक्म कीता सी उस वेले मैनू ना पुछो संगता नू पुछो संगता नू फिर अगे कीता उस वेले कि संगत संगत जिस तरह कवे एक अखंड पाठ साहब जी दा आरंभता ते भोग आप कीता दूजा आप उसी वेले रखवाया जिन्हां ने वो नज़ारा देखिया जेड़े माँ जी दे कोल सन ते ओ की है कि उन्होंने रखवाया ते ओ गल उत्थे खत्म हो गई ओ खत्म नहीं हो गई ओ गल शुरू हो गई ओ गल शुरू हो गई पर आप जी ता क्यों गुरबाणी विच भी है जिन खिन पल नाम ना विसरे ते जन विरले संसार सतगुणा ते हर वेले बख्शिश कीती है निर्णा करके दस्या होया है कि हैन विरले ना ही कणे ते उना दी छां च असी मौजा माणीए यही असी सच्चे पातशाह आप जी दी असीस
आप जी की बख्शिश, ये जो आई संगत है सारे रल के असी अपनी अपनी आओ सारे पुकार करके यही असीस चो मंगिए कि पातशाह आसीस आसीस पुता माता की आसी 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 पुता माता निमख ना बिसरो तुमको हर यारे निमख ना बिसरो तुमको हर यारे सदा पजो जगदीश सदा पजो असी माला भी फेरिए भजन भी करिए पर वह जो बख्शिश असी लैन आए हाँ जे अज नहीं मंगांगे वो तो तरस खांदी है वैसे भी देगी पर जे असी चोली वड्डी करके अज मंगांगे ते ओ सतगुर भगवान दा सी जो बख्शिश असीस मैं बार बार कह रही हाँ सतगुर भगवान दा सच्चे पातशाह जी दी असीस गुरु अर्जन साहेब पंजवा पातशाह गुरु अर्जन सच्चे पातशाह जी ओ गुरु अर्जन देव ते पंजवा सतगुरु भगवान दास जी ते सारे रल के मंगो आसीस पुता माता की आसीस पुता माता सिमरत सब किल विकनास पितरी ओए उदारो सो अरे अर तुम सदी जा कांत ना साढ़े वास्ते असीस हो है कि असी कहने आनंद कारज होया शादी हुई है पर यह की है ए अपने घर जाना ए ओ कहने ना कि वह सुचा विआह वे अपने घर जाना में उस वेले असीस पढ़ने हाँ अज असी असीस ओ माँ जी दी अपनी चोली च पवा रहे हाँ आसीस आसीस पूजा माता पुता माता की आसीस पुता तुमको अरे अरे सदा पजो जगदीश सतगुर तुमको संत संग तेरी कापड़ पथ पर में सर राखी भोजन कीर्तननीत कापड़ पर में राखी भोजन कीर्तननीत अमृत पीवो सदा चिर जीवा
ਸੰਗਤ ਦੇ ਦਰਸ਼ਨ ਕਰੋ। ਦੁਨੀਆ ਕਹਿੰਦੀ ਹੈ ਘਰੋਂ ਬਾਹਰ ਨਾ ਨਿਕਲੋ, ਜੇ ਆਪਣੀ ਜਾਨ ਪਿਆਰੀ ਨੇ ਨਾ ਘਰੋਂ ਨਾ ਨਿਕਲੋ, ਸੰਗਤ ਨੂੰ ਦੇਖੋ। ਇਸ ਅਸੀਸ ਦੇ ਸਦਕੇ ਕੋਈ ਕੈਨੇਡਾ ਤੋਂ ਬੈਠਾ ਆ ਆ ਕੇ, ਕੋਈ ਥਾਈਲੈਂਡ ਤੋਂ ਆਇਆ, ਉਹ ਕੀ ਹੈ? ਉਹ ਪਿਆਰ ਹੈ, ਉਹ ਅਸੀਸ ਹੈ ਜੋ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਇਆ ਲੈਣ ਵਾਸਤੇ, ਅਤੇ ਜਿੱਥੇ ਇਹ ਅਸੀਸ ਆ ਗਈ ਅਤੇ ਫਿਰ ਤਾਂ ਦੁਨੀਆ ਡਰੇ ਡਰੇ, ਅਤੇ ਫਿਰ ਤਾਂ ਜਦ ਸਾਡੇ ਨਾਲ ਆਪਣੇ ਸਤਿਗੁਰਾਂ ਦੀ ਅਸੀਸ ਹੋ ਗਈ, ਅਤੇ ਫਿਰ ਸਾਨੂੰ ਕਿਸ ਗੱਲ ਦੀ ਚਿੰਤਾ ਹੈ, ਸਾਨੂੰ ਕਿਸ ਗੱਲ ਦਾ ਫਿਕਰ ਹੈ? ਧੰਨ ਧੰਨ ਸਾਹਿਬ ਸੰਤ ਮਾਤਾ ਜੀ, ਆਪ ਜੀ ਨੂੰ ਕੋਟ ਕੋਟ ਨਮਸਕਾਰ। ਪਵਰ ਤੁਮਾਰਾ ਇਹ ਮਨ ਹੋਇਓ, ਹਰ ਚਰਣਾ ਹੋ ਕੋਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਨਾਨਕ ਸੰਗ ਲਪਟਾਇਓ, ਜੋ ਬੂੰਦੇ ਚਾਤ੍ਰਿਕ ਮੌਲਾ, ਜੋ ਮਾਤਾ ਕੀ ਅਸੀਸ, ਅਸੀਸ ਅਸੀਸ ਪੁੱਤਾ ਮਾਤਾ ਕੀ ਅਸੀਸ, ਹਾਂ ਪੁੱਤਾ ਮਾਤਾ ਕੀ ਅਸੀਸ। ਧੰਨ ਧੰਨ ਸਤਿਗੁਰ ਸੇਵਾ ਰਾਮ ਜੀ, ਧੰਨ ਧੰਨ ਸਤਿਗੁਰ ਮਾਤਾ ਜੀ, ਸਾਹਿਬ ਸੰਤ ਮਾਤਾ ਜੀ, ਮਾਤਾ ਕੀ ਅਸੀਸ, ਮਾਤਾ ਕੀ ਅਸੀਸ, ਪੁੱਤਾ ਮਾਤਾ ਕੀ ਅਸੀਸ, ਪਰਸੋਂ ਜਿਸ ਵੇਲੇ 6 ਤਰੀਕ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ, ਉੱਧਰ ਹਲੇ ਕੀਰਤਨ ਦਾ ਭੋਗ ਨਹੀਂ ਪਿਆ ਸੀ। ਮੈਂ ਆਈ, ਸਭ ਨੂੰ ਪਤਾ ਹੈ ਨਿਸ਼ਾਨ ਸਾਹਿਬ, ਉਹ ਸੜਕ, ਉਹ ਰੋਡ, ਉਹ ਮਾਰਗ, ਧੰਨ ਸ੍ਰੀ ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ, ਉਹ ਸਾਡਾ ਨਿਸ਼ਾਨ ਸਾਹਿਬ ਹੈ। ਗੁਰਸਿੱਖ ਆਉਂਦੇ ਜਾਂਦੇ ਨਮਸਕਾਰ ਕਰਦਾ ਹੈ, ਉੱਥੇ ਕੋਰਨਰ 'ਤੇ ਸਭ ਨੂੰ ਪਤਾ ਗੱਡੀ ਖੜ੍ਹੀ ਹੁੰਦੀ ਹੈ ਦਾਸੀ ਦੀ,
चाबी कढ़ी जिस वेले सामने ऑपोजिट साइड ते एक रिक्शा आके खड़ा होया। रिक्शा चलाने वाला उतरिया, सड़क पार कीती, निशान साहब ते नमस्कार कीते, दौड़ के रिक्शे कोल चला गया। बसें स्कूल दियां भी होंदियां, रश का टाइम होंदा, ते मैं ना घूम के उहदे वल देखना शुरू कर दिता भी यह देखो की करदा पिया। वो पहले रिक्शे ते चढ़ गया, फिर उन्हें ब्रेक लगा के फिर दोबारा आ गया इस पासे। मैं उन्हें बुलाया नहीं, फिर आ गया कि नज़र भर के देख रही है भी की गल है। तो अगो की कहंदा रिक्शे वाले नूं है भी है कि मेरी सवारी भी मिल जाए। तो उसने उस वक्त उन्होंने की किया, मैंने कहा आप क्या कर रहे हो यहाँ पर? कहंदा जी मेरी रोज दी दिनचर्या है, मैं घरों आना वा, पहले यहाँ माथा टेकता हूँ, फिर वो जो है ना वहाँ जाता हूँ, वहाँ माथा टेकता हूँ, फिर जो पहली सवारी मेरे को चाहिए ना वो इस गुरुधर चाहिए, मैं वहाँ से सवारी वहाँ खड़ा हो जाता हूँ कि कोई निकलेगा तो मेरे को पहली सवारी। मैं क्या फिर? कहंदा है लेकिन आपको नहीं पता वो जो वहाँ का उन्हें क्या गुरमंत्र, जो वहाँ का मंत्र है ना, तारिया जहान ले अभिमान, जिन्नी दर्शन पाया जिन्नी तुदनों तन क्या, तीन जम निर्णाया से बोलने नहीं है, वो ते पवित्र हो गया। आखो तारिया जहान ले अभिमान, जिन्नी दर्शन पाया जिन्नी तुदनु तन क्या, तीन जम निर्णाया। मैं कह फिर? कहंदे वहां से सवारी एक जाती है कीर्ति नगर। मैं क्या भी जाते होंगे ठीक है? कहंदे नहीं, वो जो सरदार जी है ना भारी से, मतलब उन्हें मैनू समझा दिता कि वो कि गल करता पे है चाह वालियां दी। उनकी जो घर से पत्नी है उनको मैं लेके कीर्ति नगर जाता हूँ छोड़ने। मैंने कहा फिर? कहंदे मेरे ते ऐसा समा आया, मेरी असी ते सारे इस लाडले दे घर दे गोदी दे बच्चे हाँ। कहंदे मेरी घर वाली मैनू छोड़ के चली गई, कौन सड़क ते सुनांदा है? मैं क्या फिर की होया? कहंदे नहीं मेरे तीन बच्चे हैं, वो 7 साल पहले गई थी, 1.5 साल में इधर आना शुरू किया, उन्होंने मेरे गाक सी जानदा सी गल हुई, वो कहने तेरी हर विपता टल जाएगी, तो पहले तो उन्होंने मेरे को लिख के दिया, तो मैं बोलता था आता था कि नहीं, लेकिन फिर अब मेरे को याद है, मैं आते जाते बोलता रहता हूँ। मैं क्या फिर? कहने वो जिसकी बीवी मेरी, मैंने जिसकी मिन्नतें की थी, वो कुछ आम बंदा रिश्तेदार भी ले जाता है, केस भी करता है। कहंदा मैंने उसके बाद कुछ नहीं किया, वो अपने आप चल के मेरे पास आ गई, तो कहती है कि मैं घर वापस आना चाहती हूँ, उते उनाते भी बख्शिश करता है। मैं क्या फिर? कहंदा वो जो मेरा 7 साल पुराना जीवन था, अब 1.5 साल से इनकी कृपा से, वो उस तारिया जहान की बख्शिश से अब मैं सुख की रोटी खा रहा हूँ, और मेरे तीनों बच्चे, हमारा जीवन बहुत आनंद में जा रहा है। सतगुरु सेवा राम साहेब है कौन? मैं क्या भाई तेरा नाम की है? देख लियो, मिल लियो, दर्शन कर लियो। उन्हें मैं फिर जो कल भी पहचान लिया, उन्हें मैनू पहचानिया, साड़िया ही सत श्री अकाल अखा नलोई। कहंदा जी मेरा नाम मनोज शर्मा है,
ਟੋਪੀ ਪਾਉਂਦਾ ਉੱਥੇ ਆਉਂਦਾ। ਅਗਲੇ ਦਿਨ ਜਦੋਂ ਮੈਂ ਕੱਲ੍ਹ ਨਿਕਲੀ ਅਤੇ ਉਸ ਵੇਲੇ ਉਹ ਫਿਰ ਉਹੀ ਉਹ ਟਾਈਮ ਲਗਭਗ ਉਹੀ ਸੀ, ਉਧਰੋਂ ਆ ਰਿਹਾ ਸੀ, ਉਹਨੇ ਵੀ ਪਹਿਚਾਣ, ਕਹਿੰਦਾ ਮੇਰਾ ਮਨੋਜ ਸ਼ਰਮਾ ਨਾਮ ਹੈ ਮੇਰਾ, ਲੇਕਿਨ ਇਹ ਤਾਰਿਆ ਜਾਨ ਜੋ ਹੈ ਇਹ ਸਭ ਕੁਛ ਕਰਤਾ ਹੈ, ਇਸਨੇ ਤੋ ਮੇਰਾ ਜੋ ਘਰ ਉਜੜ ਗਿਆ ਥਾ ਨਾ, ਇਹ ਇਸਕੀ ਬਖਸ਼ਿਸ਼ ਹੈ, ਮੇਰਾ ਘਰ ਫਿਰ ਸੇ ਬਸਰ ਗਿਆ। ਅਸੀਂ ਉਸਦੇ ਦਰਬਾਰ 'ਤੇ ਬੈਠੇ ਹਾਂ, ਸੋ ਆਓ ਆਪਣੇ ਸਾਹਿਬਾਂ ਨੂੰ ਕੋਟਾਨ ਕੋਟ ਧੰਨਵਾਦ ਕਰਦਿਆਂ, ਪੂਤਾ ਮਾਤਾ ਕੀ ਅਸੀਸ, ਅਤੇ ਇਹ ਹੀ ਆਖੀਏ ਸੱਚੇ ਪਾਤਸ਼ਾਹ, ਆਓ ਆਵਾਜ਼ ਮਾਰੀਏ, ਸੰਗਤ ਪੁਕਾਰੇ ਵਾਜਾ ਮਾਰੇ ਆਪਣੀ ਮਾਜੀ ਨੂੰ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸੰਗਤ ਪੁਕਾਰੇ ਵਾਜਾ ਮਾਰੇ ਆਪਣੀ ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸੰਗਤ ਪੁਕਾਰੇ ਵਾਜਾ ਮਾਰੇ ਆਪਣੀ ਮਾਂ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸਾਨੂੰ ਇੱਕ ਵਾਰੀ ਦਰਸ ਦਿਖਾ ਜਾ, ਸਾਨੂੰ ਇੱਕ ਵਾਰੀ ਦਿਖਾ ਜਾ, ਸਾਨੂੰ ਸੰਗਤ ਪੁਕਾਰੇ ਵਾਜਾ ਮਾਰੇ ਆਪਣੀ ਮਾਜੀ ਨੂੰ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸਾਹਿਬਾਂ ਨੂੰ ਨਾਲ ਲੈ ਕੇ ਆ ਜਾ, ਸੰਗਤ ਪੁਕਾਰੇ ਸਤਿਗੁਰੂ ਸਾਡੇ ਅੰਗ ਸੰਗ, ਉਹ ਬਖਸ਼ਿਸ਼ ਸਾਡੇ ਅੰਗ ਸੰਗ, ਅਤੇ ਇਹ ਜੋ 1921 ਦਾ ਉਹ ਜੋ ਸਭ ਨੂੰ ਇੰਤਜ਼ਾਰ ਹੁੰਦਾ ਹੈ, ਸਾਹਿਬਾਂ ਨਾਲ ਵਿਛੋੜਾ ਨਹੀਂ, ਇਹ ਸਾਹਿਬਾਂ ਨਾਲ ਮਿਲਣ ਹੈ, ਉਹ ਅਸੀਸਾਂ ਹਨ, ਉਹ ਬਖਸ਼ਿਸ਼ਾਂ ਹਨ, ਜਿਨ੍ਹਾਂ ਦਾ ਮਿਲਾਪ ਜੋ ਕਿ ਉਹਨਾਂ 'ਤੇ ਬਖਸ਼ੀ ਸਤਿਗੁਰ ਭਗਵਾਨ ਦਾ ਸੱਚੇ ਪਾਤਸ਼ਾਹ ਜੀ ਨੇ ਕੀਤੀ, ਅਤੇ ਫਿਰ ਉਹਨਾਂ ਨੇ ਦਰੁੱਟ ਕੇ ਸੰਗਤ 'ਤੇ ਵਰਤਾਈ। ਪਰ ਸੱਚੇ ਪਾਤਸ਼ਾਹ, ਇਹ ਦਰਬਾਰ ਮੇਰੀ ਮਾਂ ਜੀ ਤੇਰੇ ਬਾਜੋਂ ਸੁਹਾਉਂਦੇ ਨੇ, ਇੱਕ ਇੱਕ ਦੇ ਮਨ ਵਿੱਚ ਆਉਂਦਾ ਹੈ ਉਹ ਪਿਆਰੀ ਮੂਰਤ, ਇੱਕ ਵਾਰੀ ਅੱਖਾਂ ਬੰਦ ਕਰੀਏ ਦੇਖੀਏ ਤਾਂ ਐਂ ਲੱਗਦਾ ਆਪ ਜੀ ਸਾਡੇ ਕੋਲ ਹੋ, ਇਹ ਦਰਬਾਰ ਤੇਰੇ ਬੰਦ ਹੋ ਸੁਹਾਉਂਦੇ ਨਹੀਂ, ਅਤੇ ਉਹ ਲੇਕਿਨ ਸੰਗ ਆਪਣੇ ਸਤਿਗੁਰਾਂ ਦਾ ਕਰਕੇ, ਸੰਗ ਆਪਣੀ ਮਾਂ ਜੀ ਦਾ ਕਰਕੇ, ਇਹ ਜੋ ਪ੍ਰੇਮ ਹੈ ਨਾ ਇਹ ਸਾਡੇ ਅੰਦਰ ਐਵੇਂ ਨਹੀਂ ਆਇਆ, ਸੰਗ ਆਪਣੀ ਮਾਂ ਜੀ ਦਾ ਕਰਕੇ ਅੰਦਰ ਅਸਾਂ ਪ੍ਰੇਮ ਵੇਖ ਲਿਆ, ਅਤੇ ਸਾਰੇ ਆਖੋ ਧੰਨ ਧੰਨ ਸਤਿਗੁਰ ਭਗਵਾਨ ਦਾ ਸਾਹਿਬ ਆਪ ਜੀ ਦੀ, ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ, ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ।